ਗੋਬਿੰਦਪੁਰੀ ਦੀ ਫੁਲਵਾੜੀ ਅੰਦਰ ਸੰਤ ਚਮਨਦਾਸ ਰੂਪੀ ਟਹਿਕਦਾ ਮਹਿਕਦਾ ਖੁਸ਼ਬੂਆ ਵੰਡਦਾ ਇਹ ਬੂਟਾ ਸੰਤ ਗੋਬਿੰਦ ਦਾਸ ਜੀ ਨੇ ਆਪਣੇ ਹੱਥੀਂ ਆਪ ਲਗਾਇਆ ਅਤੇ ਵਿਲੱਖਣ ਗੁਣਾਂ ਦੇ ਨਾਲ ਇਸ ਬੂਟੇ ਨੂੰ ਭਰਪੂਰ ਕੀਤਾ ਜਿਸ ਨੇ ਜ਼ਿੰਮੇਵਾਰੀ ਨਿਭਾਉਂਦਿਆ ਐਸੀ ਮਹਿਕ ਖਿਲਾਰੀ ਕਿ ਭੌਰਿਆ ਰੂਪੀ ਸੰਗਤ ਦੇ ਦਿਲਾਂ ਉੱਤੇ ਅਸਰ ਕੀਤਾ ਹਰ ਪ੍ਰਾਣੀ ਇਹਨਾਂ ਦੀ ਸੁਗੰਧੀ ਪ੍ਰਾਪਤ ਕਰਨ ਆਉਂਦਾ ਪਰ ਸਮਾਂ ਬੜਾ ਬਲਵਾਨ ਇੱਕ ਦਿਨ ਆ ਕੇ ਰਹਿੰਦਾ ਸਮੇਂ ਦੇ ਮਹਾਤ ਰੂਪੀ ਕੁਹਾੜੇ ਨੇ ਇਸ ਬੂਟੇ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਜੋ ਅੱਜ ਸਾਨੂੰ ਸਰੀਰਕ ਤੌਰ ਤੇ ਨਜ਼ਰ ਨਹੀਂ ਆ ਰਹੇ ਕਿਸੇ ਕਵੀ ਦੀ ਕਲਮ ਨੇ ਸੰਤਾਂ ਦੀ ਅਣਹੋਂਦ ਨੂੰ ਭਾਵਦਿਆਂ ਆਖਿਆ